ਤਿਆਰੀ ਕਰੋ। ਤੁਸੀਂ ਕੁੰਭਕਰਨ ਵਾਂਗੂ ਭਾਵੇਂ 6 ਮਹੀਨੇ ਸੁੱਤੇ ਨਾ ਉੱਠੋ। ਤੁਸੀਂ ਕਹਿੰਦੇ ਜੇ ਵੀ ਪ੍ਰਕਿਰਤੀ ਕਹਿੰਦੀ ਹੈ ਸੌਣਾ ਚਾਹੀਦਾ ਹੈ, ਸੁੱਤਿਆਂ ਸਰੀਰ ਚਾਰਜ ਹੋ ਜਾਂਦਾ ਹੈ, ਪ੍ਰਕਿਰਤੀ ਕਹਿੰਦੀ ਹੈ ਤੁਹਾਡੇ ਸੈੱਲ ਚਾਰਜ ਹੋ ਜਾਣ, ਪਰਮਾਤਮਾ ਚਾਹੁੰਦਾ ਹੈ ਤੁਸੀਂ ਰੈਸਟ ਕਰੋ, ਤੁਹਾਡਾ ਸਰੀਰ ਰਿਸ਼ਟ ਪੁਸ਼ਟ ਹੋ ਜਾਵੇ, ਤੇ ਮੈਂ ਉਹਨਾਂ ਵੀਰਾਂ ਦੇ ਚਰਨਾਂ ਵਿੱਚ ਬੜੀ ਸੁਨਿਮਰ ਬੇਨਤੀ ਕਰਨਾ ਚਾਹੁੰਦਾ ਹਾਂ ਜੋ ਖੰਡਨ ਕਰਦੇ ਨੇ ਚਲਾਕੀ ਨਾਲ ਸਿਮਰਨ ਦਾ, ਸੇਵਾ ਦਾ, ਅੰਮ੍ਰਿਤ ਵੇਲੇ ਦਾ। ਰੱਬ ਦਾ ਵਾਸਤਾ ਹੈ ਤੁਸੀਂ ਭਾਵੇਂ ਸੁੱਤੇ ਨਾ ਉੱਠੋ, ਪਰ ਨਾਮ ਵਿੱਚ ਰੰਗਿਆਂ ਗੁਰਮੁਖ ਪਿਆਰਿਆਂ ਨੂੰ ਗੁਰੂ ਕੇ ਅਕੀਦੇ ਤੋਂ, ਗੁਰੂ ਦੀ ਮਰਿਆਦਾ ਤੋਂ ਦੂਰ ਨਾ ਕਰੋ। ਜਿਹੜੀ ਪ੍ਰਕਿਰਤੀ ਜਿਹੜੇ ਰੱਬ ਦਾ ਨਾਮ ਲੈ ਕੇ ਗੁਮਰਾਹ ਕਰਦੇ ਹੋ, ਆਓ ਉਸੇ ਰੱਬ ਕੋਲੋਂ ਪੁੱਛੀਏ, ਆਓ ਉਸੇ ਪਰਮਾਤਮਾ ਕੋਲੋਂ ਪੁੱਛੀਏ ਵੀ ਅੰਮ੍ਰਿਤ ਵੇਲਾ ਜ਼ਰੂਰੀ ਹੈ ਕਿ ਨਹੀਂ, ਸਾਨੂੰ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ ਕਿ ਨਹੀਂ। ਆਓ ਕੁਦਰਤ ਨੂੰ, ਪ੍ਰਕਿਰਤੀ ਨੂੰ ਪੈਦਾ ਕਰਨ ਵਾਲੇ ਖੁਦ ਖੁਦਾ ਕੋਲੋਂ ਪੁੱਛੀਏ। ਉਹ ਖੁਦ ਖੁਦਾ ਕੌਣ ਹੈ? ਮੈਂ ਫਿਰ ਦੁਹਰਾ ਦਵਾਂ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਪੋਥੀ ਪਰਮੇਸ਼ਰ ਕਾ ਥਾਨ। ਆਓ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਪੁੱਛੀਏ, ਪਾਤਸ਼ਾਹ ਤੁਹਾਡਾ ਨਾਮ ਲੈ ਕੇ ਸੱਚ ਦੇ ਪ੍ਰਚਾਰਕ ਆਪਣੇ ਆਪ ਨੂੰ ਕਹਾ ਕੇ ਤੁਹਾਡੀ ਮਰਿਆਦਾ ਨੂੰ ਤਾਰ ਤਾਰ ਕਰ ਰਹੇ ਨੇ ਇਹਨਾਂ ਨੂੰ, ਪਿਆਰਿਆਂ ਨੂੰ ਕਿਰਪਾ ਕਰਕੇ ਕੋਈ ਸੋਝੀ ਬਖਸ਼ੋ, ਕਿਰਪਾ ਕਰਕੇ ਇਹਨਾਂ ਤੇ ਤਰਸ ਕਰੋ, ਕਿਰਪਾ ਕਰਕੇ ਇਹਨਾਂ ਦੀ ਸੁਰਤੀ ਬਿਰਤੀ ਜੋ ਤੇਰੀ ਮਰਿਆਦਾ ਸਿਧਾਂਤ ਨਾਲੋਂ ਉਲਟ ਚੱਲ ਪਈ ਹੈ, ਆਪਣੇ ਪ੍ਰੇਮ ਸਹਿਤ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਸੇਧ ਦਿਓ ਤੇ ਪੰਥ ਦੀ ਝੋਲੀ ਪੈ ਕੇ ਇੱਥੇ ਗੁਰਸਿੱਖਾਂ ਨੂੰ ਸ਼ਰਧਾ ਦੇ ਸਹਿਤ, ਗੁਰਮਤ ਦੇ ਸਹਿਤ ਪ੍ਰੇਰ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ, ਨਾ ਕਿ ਅੰਮ੍ਰਿਤ ਵੇਲੇ ਦਾ, ਗੁਰ ਇਤਿਹਾਸ ਦਾ, ਗੁਰਬਾਣੀ ਦਾ, ਭੱਟਾਂ ਦੀ ਬਾਣੀ ਦਾ, ਸੁਖਮਣੀ ਸਾਹਿਬ ਦਾ, ਦਸਮ ਬਾਣੀ ਦਾ ਖੰਡਨ ਕਰਨ, ਇਹਨਾਂ ਤੇ ਵੀ ਕਿਰਪਾ ਕਰੋ। ਅਸੀਂ ਸਰਬੱਤ ਦਾ ਭਲਾ ਮੰਗਣਾ ਹੈ, ਇਹ ਨਹੀਂ ਵੀ ਅਸੀਂ ਉਹਨਾਂ ਨੂੰ ਕੋਈ ਮਾੜਾ ਚੰਗਾ ਕਹਿੰਦੇ ਹਾਂ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ। ਦੇਖੋ ਤੁਸੀਂ ਤੇ ਅਸੀਂ ਮਾਮੂਲੀ ਲੋਕ ਹਾਂ, ਸੱਚ ਦੇ ਜਾਂ ਝੂਠ ਦੇ ਪ੍ਰਚਾਰਕ ਹਾਂ, ਸਾਡੀ ਹਸਤੀ ਗੁਰੂ ਸਾਹਮਣੇ ਇੱਕ ਕੀਟ ਵਾਲੀ ਹੈ, ਅਸੀਂ ਅਲਪੱਗ, ਗੁਰੂ ਗ੍ਰੰਥ ਸਾਹਿਬ ਸਰਬੱਗ। ਹੁਣ ਮੈਂ ਆਖਾਂ ਤੁਸੀਂ ਅੰਮ੍ਰਿਤ ਵੇਲਾ ਛੱਡ ਦਿਓ, ਮੈਂ ਆਖਾਂ ਪ੍ਰਕਿਰਤੀ ਚਾਹੁੰਦੀ ਹੈ ਸੁੱਤੇ ਰਹੋ, ਸਰੀਰ ਚਾਰਜ ਹੋਣਾ ਚਾਹੀਦਾ ਹੈ, ਤੇ ਜੇ ਤੁਸੀਂ ਤੜਕੇ ਉੱਠ ਕੇ ਬਾਣੀ ਪੜ੍ਹੀਏ, ਪ੍ਰਕਿਰਤੀ ਦਾ ਖੰਡਨ ਹੈ, ਰੱਬ ਦੀ ਮਰਿਆਦਾ ਦਾ ਖੰਡਨ ਹੈ, ਤੇ ਰੱਬ ਦੀ ਮਰਿਆਦਾ ਨੂੰ ਖੰਡਨ ਕਰਕੇ ਤੁਸੀਂ ਰੱਬ ਨਹੀਂ ਪਾ ਸਕਦੇ, ਆਓ ਰੱਬ ਕੋਲੋਂ ਹੀ ਪੁੱਛ ਲਈਏ, ਆਓ ਪੋਥੀ ਕਾ ਪਰਮੇਸ਼ਰ ਥਾਨ ਕੋਲੋਂ ਪੁੱਛ ਲਈਏ, ਆਓ ਵਾਹੋ ਵਾਹੋ ਬਾਣੀ ਨਿਰੰਕਾਰ ਕੋਲੋਂ ਪੁੱਛ ਲਈਏ ਵੀ ਮਹਾਰਾਜ ਜੀ ਇੱਕ ਤੁਹਾਡੇ ਘਰ ਦਾ ਪ੍ਰਚਾਰਕ ਅਖਵਾ ਕੇ ਇਹ ਗੁਮਰਾਹ ਕਰੇ ਵੀ ਅੰਮ੍ਰਿਤ ਵੇਲੇ ਨਹੀਂ ਉੱਠਣਾ, ਬਾਪੂ ਤੂੰ ਕੀ ਕਹਿੰਦਾ ਹੈ? ਤੇ ਸਾਡੇ ਬਾਪੂ ਨੇ, ਖੁਦ ਖੁਦਾ ਨੇ ਐਲਾਨ ਕਰ ਦਿੱਤਾ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਜੇ ਕਿ ਮੇਰੇ ਵਰਗੇ ਪ੍ਰਚਾਰਕ ਦੀ ਜਿਹੜਾ ਕੁਬਰ ਤੋਲ ਰਿਹਾ ਹੈ, ਰੱਬ ਦਾ ਵਾਸਤਾ ਜੇ ਤੁਸੀਂ ਗੁਰੂ ਦੇ ਸਿੱਖ ਹੈ, ਪ੍ਰਚਾਰਕਾਂ ਦੇ ਸਿੱਖ ਨਹੀਂ ਹੋ। ਜੇ ਦਾਸ ਵੀ ਕੋਈ ਸਿਧਾਂਤ ਦੇ ਉਲਟ ਬਚਨ ਕਰੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਿਆ ਕਰੋ, ਮੇਰੇ ਪਿੱਛੇ ਲੱਗਣ ਦੀ ਲੋੜ ਨਹੀਂ ਹੈ। ਕੋਈ ਵੀ ਪ੍ਰਚਾਰਕ ਗੁਰੂ ਸਿਧਾਂਤ ਦੇ ਉਲਟ ਬਚਨ ਕਰੇ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਿਆ ਕਰੋ, ਪਿੱਛੇ ਲੱਗਣ ਦੀ ਲੋੜ ਨਹੀਂ ਹੈ।
ਕਿਉਂਕਿ ਸਾਡੇ ਸਾਰਿਆਂ ਨਾਲੋਂ ਵੱਡਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਬਾਣੀ ਨੂੰ ਪੁੱਛਿਓ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਪਾਤਸ਼ਾਹ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਨਾ ਉੱਠੋ, ਗੁਰੂ ਸਾਹਿਬ ਕਹਿੰਦੇ ਨਹੀਂ, ਅੰਮ੍ਰਿਤ ਵੇਲੇ ਤੋਂ ਹੀ ਵਿਚਾਰ ਆਰੰਭ ਕਰ। ਔਰ ਕੇਵਲ ਅੰਮ੍ਰਿਤ ਵੇਲਾ ਹੀ ਨਹੀਂ, ਇਹ ਨਿਸ ਜਪਣਾ ਹੈ, ਦਿਨ ਰਾਤ ਜਪਣਾ ਹੈ। ਮਹਾਰਾਜ ਪਾਤਸ਼ਾਹ ਤੁਸੀਂ ਕਹਿੰਦੇ ਜੇ ਅੰਮ੍ਰਿਤ ਵੇਲੇ ਉੱਠੋ, ਤੇ ਕਈ ਵੀਰ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠਣ ਦਾ ਫਾਇਦਾ ਨਹੀਂ ਹੈ। ਸ਼ਾ ਲਾਗੇ ਉੱਠ ਨਾਮ ਜਪ, ਨਿਸ ਬਾਸੁਰ ਆਰਾਧ, ਤੜਕੇ ਉੱਠ ਕੇ ਨਾਮ ਜਪ, ਦਿਨ ਰਾਤ ਨਾਮ ਦੀ ਆਰਾਧਨਾ ਕਰਿਆ ਕਰ। ਚਿੜੀ ਚੁਹਕੀ ਪਉ ਫੁੱਟੀ, ਚਿੜੀ ਚੁਹਕੀ ਪਉ ਫੁੱਟੀ, ਵਗਨ ਬਹੁਤ ਤੁਰੰਗ। ਤੜਕੇ ਉੱਠ, ਚਿੜੀ ਚੁਹਕੀ ਹੈ, ਤੜਕੇ ਉੱਠ, ਆ ਉਹਦੇ ਨਾਮ ਵਿੱਚ ਬਹਿ ਜਾ। ਅਚਰਜ ਰੂਪ ਸੰਤਨ ਰਚੇ, ਨਾਨਕ ਨਾਮਹਿ ਰੰਗ। ਤੜਕਾ ਹੁੰਦਿਆਂ ਹੀ ਸਾਧ ਚੌਂਕੜਾ ਲਾਉਂਦੇ ਨੇ, ਸੰਤ ਚੌਂਕੜਾ ਲਾਉਂਦੇ ਨੇ। ਪਾਤਸ਼ਾਹ ਨਾਮ ਤੜਕੇ ਜਪਣਾ ਚਾਹੀਦਾ ਹੈ ਕਿ ਨਹੀਂ? ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ। ਪ੍ਰਭਾਤ ਕਿਹਨੂੰ ਕਹਿੰਦੇ ਹੋ? ਬੇਅੰਤ ਪੰਕਤੀਆਂ ਨੇ, ਮੈਂ ਕੇਵਲ ਕੁਝ ਕਹਿ ਰਿਹਾ ਹਾਂ। ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ। ਨਾਮ ਜਪ ਤੜਕੇ ਉੱਠ ਕੇ, ਕੋਈ ਮੰਤਰ ਸ਼ੰਤਰ ਨਹੀਂ, ਕੋਈ ਪੱਥਰਾਂ ਕਬਰਾਂ ਦਾ ਨਹੀਂ, ਗੁਰੂ ਦੇ ਚਰਨ, ਬਾਬੇ ਰਾਮਦਾਸ ਦੇ ਚਰਨ ਹਿਰਦੇ ਚ ਧਾਰ ਕੇ ਯਾਦ ਕਰ। ਨਾਮ ਜਪ ਕਬੀਰ, ਸੂਤਾ ਕਿਆ ਕਰੇ? ਮੇਰੇ ਵਰਗੇ ਨੇ ਇੱਕ ਦਿਨ ਕਹਿਤਾ ਤੜਕੇ ਦਾ ਫਾਇਦਾ ਨਹੀਂ ਹੈ, ਅੰਮ੍ਰਿਤ ਵੇਲੇ ਦਾ ਫਾਇਦਾ ਨਹੀਂ ਹੈ। ਕਬੀਰ ਸੂਤਾ ਕਿਆ ਕਰ ਹੈ, ਉੱਠ ਕੇ ਨਾ ਜਪ ਹੈ। ਮੁਰਾਰ ਕਬੀਰ ਜੀ ਨੇ ਆਖਿਆ, ਉੱਠੋ ਇਹ ਜਨਮ ਵਿਅਰਥ ਨਾ ਗਵਾ, ਉੱਠ ਕੇ ਨਾਮ ਜਪ, ਉੱਠ ਕੇ ਬਾਣੀ ਜਪ। ਸਾਡੇ ਬਾਪੂ ਗੁਰੂ ਰਾਮਦਾਸ, ਗੁਰੂ ਅਮਰਦਾਸ ਕੀ ਕਹਿੰਦੇ ਨੇ, ਗੁਰੂ ਅੰਗਦ ਸਾਹਿਬ ਕੀ ਕਹਿੰਦੇ ਨੇ? ਸੇਖੀ ਉਹ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਏ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਪ੍ਰਭਾਤੇ ਉੱਠਣ ਵਾਲੇ ਨੂੰ ਬਾਣੀ ਨੇ ਸਿੱਖ ਆਖਿਆ ਹੈ। ਫਰੀਦਾ ਪਿਛਲ ਰਾਤ ਨਾ ਜਾਗੇ, ਓਹੋ ਜੀਵੰਦੜੋ ਮੋਇਓ ਹੈ। ਜਿਹੜੇ ਅੰਮ੍ਰਿਤ ਵੇਲੇ ਉੱਠ ਨਹੀਂ ਸਕੇ ਉਹ ਤੇ ਮਰੇ ਹੋਏ ਨੇ, ਗੁਰਮਤ ਅਨੁਸਾਰ ਪਿਛਲੇ ਰਾਤੀ ਜਾਗੇ ਹੀ ਨਹੀਂ।